ਪਾਤਸ਼ਾਹੀ ਦਸਵੀਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਅਸੀਂ ਖੜ੍ਹੇ ਹੋਏ ਹਾਂ, ਜਿੱਥੇ ਪਗੜੀ ਮੁਕਾਬਲੇ, ਦਮਾਲਾ ਮੁਕਾਬਲੇ ਅਤੇ ਲੰਬੇ ਕੇਸਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ। ਜਿਨ੍ਹਾਂ ਬੱਚਿਆਂ ਨੂੰ ਐਡੀਸ਼ਨ ਵਿੱਚ ਸਿਲੈਕਟਡ ਕੀਤਾ ਜਾਵੇਗਾ ਉਸ ਦਾ ਫਾਈਨਲ ਮੁਕਾਬਲਾ ਅਪ੍ਰੈਲ ਵਿੱਚ ਉਹ ਲਿਖਿਆ ਜਾਵੇਗਾ। ਜਿਹੜੀ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਆ, ਵੈਸਟਰਨ ਕਲਚਰ ਨੂੰ ਅਪਣਾ ਰਹੀ ਆ, ਉਹਨੂੰ ਸਿੱਖੀ ਨਾਲ ਜੋੜੀਏ ਅਤੇ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਕਰੀਏ, ਇਹ ਮੇਨ ਅੱਜ ਦਾ ਮੋਟਿਵ ਆ ਇਹਨਾਂ ਦਾ। ਕਿ ਜਿਹੜੀ ਸਾਡੀ ਕੌਮ ਦੀ ਨਵੀਂ ਜਨਰੇਸ਼ਨ ਆ, ਨਵੀਂ ਪੀੜ੍ਹੀ ਆ, ਆਪਣੇ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾਵੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ SMZ ਨਿਊਜ਼ ਅਤੇ ਮੈਂ ਹਾਂ ਅਮਦੀਪ। ਇਸ ਟਾਈਮ ਅਸੀਂ ਮੌਜੂਦ ਹਾਂ ਆਲਮਗੀਰ ਵਿਖੇ, ਪਾਤਸ਼ਾਹੀ ਦਸਵੀਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਅਸੀਂ ਖੜ੍ਹੇ ਹੋਏ ਹਾਂ, ਜਿੱਥੇ ਪਗੜੀ ਮੁਕਾਬਲੇ, ਦਮਾਲਾ ਮੁਕਾਬਲੇ ਅਤੇ ਲੰਬੇ ਕੇਸਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ। ਸੁਣਨ ਦੇ ਵਿੱਚ ਆਇਆ ਹੈ ਇੱਥੋਂ ਬੱਚਿਆਂ ਲਈ ਕਾਫੀ ਭਾਰੀ ਇਨਾਮ ਦਿੱਤੇ ਜਾ ਰਹੇ ਨੇ ਅਤੇ ਵਿਦੇਸ਼ਾਂ ਦੇ ਟੂਰ ਵੀ ਬੱਚਿਆਂ ਨੂੰ ਦਿੱਤੇ ਜਾ ਰਹੇ ਨੇ। ਆਓ ਗੱਲਬਾਤ ਕਰਦੇ ਹਾਂ ਉੱਥੋਂ ਦੇ ਪ੍ਰਬੰਧਕਾਂ ਨਾਲ, ਕਿੰਨੇ ਕੁ ਬੱਚਿਆਂ ਨੇ ਪਾਰਟੀਸਪੇਟ ਕੀਤਾ ਅਤੇ ਕਿਹੜੇ ਕਿਹੜੇ ਨਾਮ ਬੱਚਿਆਂ ਨੂੰ ਦੇਣ ਜਾ ਰਹੇ ਨੇ। ਸਾਡੇ ਨਾਲ ਮੌਜੂਦ ਨੇ ਉੱਥੋਂ ਜੋ ਬੱਚਿਆਂ ਨੇ ਪਾਰਟੀਸਪੇਟ ਕੀਤਾ ਹੈ, ਕੀ ਨਾਮ ਹੈ ਜੀ ਤੁਹਾਡਾ? ਸਿਮਰਨ ਕੌਰ। ਸਿਮਰਨ ਜੀ, ਤੁਸੀਂ ਪਹਿਲਾਂ ਵੀ ਪਾਰਟੀਸਪੇਟ ਕਰ ਚੁੱਕੇ ਹੋ, ਪਹਿਲੀ ਵਾਰੀ ਪਾਰਟੀਸਪੇਟ? ਨਹੀਂ, ਪਹਿਲੀ ਵਾਰੀ ਹੈ ਮੇਰੀ। ਅਤੇ ਕਿੱਦਾਂ ਦਾ ਮਹਿਸੂਸ, ਕਿੱਦਾਂ ਦਾ ਹੋ ਰਿਹਾ, ਦਸਤਾਰ ਨੂੰ ਲੈ ਕੇ ਜਾਂ ਦਮਾਲੇ ਨੂੰ ਲੈ ਕੇ ਆਪਾਂ ਕਿੱਦਾਂ ਦੀ ਖੁਸ਼ੀ ਮਹਿਸੂਸ ਹੋ ਰਹੀ? ਨਹੀਂ, ਬਹੁਤ ਵਧੀਆ ਖੁਸ਼ੀ ਆ ਕਿ ਪਹਿਲੀ ਵਾਰ ਮੈਂ ਪਾਰਟੀਸਪੇਟ ਕੀਤਾ ਵਾ ਕਿਸੇ ਚੀਜ਼ ਦੇ ਵਿੱਚ, ਪਰ ਆਪਾਂ ਉਹ ਵੀ ਗੁਰਸਿੱਖੀ ਦੇ ਨਾਲ ਰਿਲੇਟਿਡ ਆ। ਨਹੀਂ, ਹਰ ਕਿਸੇ ਦਾ ਥਾਂ 'ਤੇ ਤਾਂ ਹੁੰਦਾ ਨੀਗਾ, ਕਿਸੇ ਵੀ ਥਾਂ 'ਤੇ ਜਿਵੇਂ ਆਪਾਂ ਕਹਿ ਦਈਏ ਕਿਸੇ ਹੋਰ ਚੀਜ਼ ਦਾ ਫੰਕਸ਼ਨ ਹੋ ਜਾਂਦਾ ਵਾ, ਫੈਸ਼ਨ ਫੰਕਸ਼ਨ ਹੁੰਦਾ ਵਾ, ਪਰ ਗੁਰਬਾਣੀ ਰਿਲੇਟਿਡ ਕੋਈ ਫੰਕਸ਼ਨ ਨਹੀਂ ਹੁੰਦਾ ਹੈਗਾ। ਇਸ ਲਈ ਅੱਜ ਮੈਨੂੰ ਪਹਿਲੀ ਵਾਰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਇਸ ਕੰਪੀਟੀਸ਼ਨ 'ਚ ਮੈਂ ਹਿੱਸਾ ਲਿੱਤਾ ਵਾ। ਮੈਸੇਜ ਜੋ ਤੁਹਾਡੇ ਹਾਣ ਦੇ ਪਰਿਵਾਰ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਮੈਸੇਜ ਕੀ ਰਹੇਗਾ ਤੁਹਾਡਾ? ਕਿ ਉਹ ਵੀ ਸਿੱਖੀ ਦੇ ਨਾਲ ਜੁੜਨ, ਅਤੇ ਜਿਹੜੇ ਹੈਗੇ ਨੇ ਮੁੰਡੇ ਜ਼ਿਆਦਾਤਰ ਫੈਸ਼ਨ ਪਿੱਛੇ ਆਪਣੀ ਸਿੱਖੀ ਛੱਡ ਦਿੰਦੇ ਨੇ, ਬਾਲ ਕਟਾ ਦਿੰਦੇ, ਉਹ ਆਪਣੇ ਬਾਲਾਂ ਨੂੰ ਦੀ ਸੰਭਾਲ ਕਰਨ ਅਤੇ ਉਹ ਵੀ ਇੱਦਾਂ ਦੇ ਫੰਕਸ਼ਨ 'ਚ ਜਾਂ ਕੰਪੀਟੀਸ਼ਨ 'ਚ ਹਿੱਸਾ ਲੈਣ। ਗੱਲਬਾਤ ਕਰੀ, ਧੰਨਵਾਦ। ਹਾਂਜੀ, ਆਪਣਾ ਨਾਮ ਬੇਟਾ? ਜਸਪ੍ਰੀਤ ਕੌਰ। ਜਸਪ੍ਰੀਤ ਜੀ, ਤੁਸੀਂ ਇੱਥੇ ਹਿੱਸਾ ਲਿਆ ਗਾ, ਤੁਹਾਨੂੰ ਕਿੱਦਾਂ ਦੀ ਖੁਸ਼ੀ ਮਹਿਸੂਸ ਹੋ ਰਹੀ? ਮੈਨੂੰ ਬਹੁਤ ਵਧੀਆ ਹੋ ਰਿਹਾ ਵਾ ਕਿ ਮੈਂ ਇੱਥੇ ਗੁਰਬਾਣੀ ਦੇ ਵਿੱਚ ਹਿੱਸਾ ਲੈ ਰਹੀ ਹਾਂ। ਹਰ ਥਾਂ 'ਤੇ ਹਰ ਤਰ੍ਹਾਂ ਦੇ ਹੁੰਦੇ ਮੁਕਾਬਲੇ, ਪਰ ਗੁਰਬਾਣੀ ਦਾ ਮੁਕਾਬਲਾ ਕਿਤੇ ਕਿਤੇ ਹੁੰਦਾ ਵਾ, ਅਤੇ ਸਾਰਿਆਂ ਨੂੰ ਇਹੀ ਮੈਸੇਜ ਆ ਕਿ ਸਾਰੇ ਵੱਧ ਚੜ੍ਹ ਕੇ ਗੁਰਬਾਣੀ ਦੇ ਮੁਕਾਬਲੇ 'ਚ ਹਿੱਸਾ ਲੈ। ਜੇ ਆਪਾਂ ਗੱਲ ਕਰੀਏ ਕਿਤੇ ਨਾ ਕਿਤੇ ਕੁੜੀਆਂ ਫੈਸ਼ਨ ਕਿੱਦਾਂ ਕਿੱਦਾਂ ਬਾਲ ਕਰਦੀਆਂ ਨੇ, ਹੈ ਨਾ, ਉੱਦਾਂ ਉਹਨਾਂ ਨੂੰ ਕੀ ਮੈਸੇਜ ਆ ਤੁਹਾਡਾ? ਉਹਨਾਂ ਨੂੰ ਵੀ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਤੁਸੀਂ ਵੀ ਇਹੋ ਜਿਹੇ ਫੈਸ਼ਨ ਕਰਨੇ ਬੰਦ ਕਰ ਦਿਓ ਅਤੇ ਵੱਧ ਚੜ੍ਹ ਕੇ ਗੁਰਬਾਣੀ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿਓ। ਓਕੇ, ਗੱਲਬਾਤ ਕਰੀ, ਧੰਨਵਾਦ। ਸਾਡੇ ਨਾਲ ਮੌਜੂਦ ਨੇ ਮਨਪ੍ਰੀਤ ਸਿੰਘ ਜੀ, ਟਰਬਨ ਕੋਚ, ਜੋ ਡਾਬੇ ਤੋਂ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਇਹ ਜਦੋਂ ਤੁਸੀਂ ਮੁਕਾਬਲਾ ਕਰਾ ਰਹੇ ਹੋ, ਇਹ ਪਹਿਲੀ ਵਾਰ ਹੋ ਰਿਹਾ, ਪਹਿਲਾਂ ਵੀ ਕਦੇ ਕਰਵਾਇਆ? ਪਹਿਲਾਂ ਤਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਅ ਜੀ, ਇਹ ਮੁਕਾਬਲਾ ਆਪਾਂ ਸਾਰੇ ਪੰਜਾਬ 'ਚ ਕਰਾਉਣਾ, ਇਹ ਸਾਡੇ ਐਡੀਸ਼ਨ ਚੱਲ ਰਹੇ ਨੇ ਵੱਖ ਵੱਖ ਸ਼ਹਿਰਾਂ ਵਿੱਚ, ਅਤੇ ਇਹ ਆਪਣਾ ਆਲਮਗੀਰ ਸਾਹਿਬ, ਮੰਜੀ ਸਾਹਿਬ, ਲੁਧਿਆਣਾ ਵਿਖੇ ਪ੍ਰੋਗਰਾਮ ਲਿਖਿਆ ਗਿਆ ਸੀ ਚੌਹਾਨ ਦਸਤਾਰ ਅਕੈਡਮੀ ਵੱਲੋਂ। ਇਸ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਪਾਰਟੀਸਪੇਟ ਕੀਤਾ, ਦਸਤਾਰ ਮੁਕਾਬਲਾ, ਦਮਾਲਾ ਮੁਕਾਬਲਾ ਅਤੇ ਲੰਬੇ ਕੇਸ ਮੁਕਾਬਲਾ। ਜਿਨ੍ਹਾਂ ਬੱਚਿਆਂ ਨੂੰ ਐਡੀਸ਼ਨ ਵਿੱਚ ਸਿਲੈਕਟਡ ਕੀਤਾ ਜਾਵੇਗਾ ਉਸ ਦਾ ਫਾਈਨਲ ਮੁਕਾਬਲਾ ਅਪ੍ਰੈਲ ਵਿੱਚ ਉਹ ਲਿਖਿਆ ਜਾਵੇਗਾ। ਉਹ ਮੁਕਾਬਲਾ ਆਪਾਂ ਸਮਰਾਲੇ ਜਾਂ ਰੋਪੜ ਕਰਾਵਾਂਗੇ ਜੀ, ਠੀਕ ਹੈ। ਜਿਸ ਬੱਚਿਆਂ ਨੂੰ ਪਹਿਲਾ ਇਨਾਮ ਹੈਗਾ ਦੁਬਈ ਦਾ ਟੂਰ, ਮਾਈਕਰੋਵੇਵ ਸਮਾਰਟਫੋਨ ਦਿੱਤਾ ਜਾਵੇਗਾ।
ਬੱਚਿਆਂ ਦੇ ਵਿੱਚ ਕਿੰਨਾ ਕੁ ਉਤਸ਼ਾਹਿਤ ਹੈ ਦਸਤਾਰ ਨੂੰ ਲੈ ਕੇ, ਕਿੰਨਾ ਕਿੰਨਾ ਕੁ ਤੁਹਾਨੂੰ ਲੱਗ ਰਿਹਾ ਵੀ ਹਾਂ ਬੱਚੇ ਕਿਤੇ ਨਾ ਕਿਤੇ ਰੁਝਾਨ ਵੱਧ ਰਿਹਾ? ਤੁਸੀਂ ਕਿਉਂਕਿ ਕੈਂਪ ਲਗਾਉਂਦੇ ਰਹਿੰਦੇ ਹੋ, ਤੁਸੀਂ ਬਹੁਤ ਵਧੀਆ, ਸਾਨੂੰ ਪਤਾ ਲੱਗਿਆ ਤੁਹਾਡਾ ਡਾਬੇ ਦੇ ਵਿੱਚ ਵੀ ਤੁਸੀਂ ਬੱਚਿਆਂ ਨੂੰ ਕੋਚਿੰਗ ਦਿੰਦੇ ਰਹਿੰਦੇ ਹੋ, ਬੱਚਿਆਂ ਦਾ ਕਿੰਨਾ ਕੁ ਕਰੇਜ਼ ਹੈ ਪੱਗੜੀ ਪ੍ਰਤੀ? ਪਹਿਲਾਂ ਤਾਂ ਜੀ ਬੱਚਿਆਂ ਨੂੰ ਬਹੁਤ ਮਤਲਬ ਪ੍ਰੇਰਿਤ ਹੈ ਬੱਚੇ, ਜਿਵੇਂ ਆਪਾਂ ਨੂੰ ਫੋਨ ਆਉਂਦੇ, ਆਪਾਂ ਪੋਸਟਰ ਸ਼ੇਅਰ ਕੀਤਾ ਜੀ ਬੱਚਿਆਂ ਦਾ, ਆਪਾਂ ਨੂੰ ਦਰਬਾਰ ਸਾਹਿਬ ਮਤਲਬ ਵੱਖ ਵੱਖ ਦੂਰੋਂ ਦੂਰੋਂ ਆਪਣਾ ਫੋਨ ਆਉਂਦੇ ਕਿ ਹਾਂਜੀ ਅਸੀਂ ਮੁਕਾਬਲੇ 'ਚ ਪਾਰਟੀਸਪੇਟ ਕਰਨਾ। ਚਲੋ ਆਪਾਂ ਇਹ ਨਹੀਂ ਕਹਿੰਦੇ ਹਾਂ ਵੀ ਦੂਰੋਂ ਆਓ ਨਾ ਆਓ, ਪਰ ਆਪਾਂ ਸਾਰਿਆਂ ਨੂੰ ਪਹਿਲ ਦਿੰਦੇ ਹਾਂ ਕਿ ਬੱਚੇ ਵੱਧ ਤੋਂ ਵੱਧ ਆਪਣੇ ਕੋਲ ਪਹੁੰਚਣ। ਮੇਨ ਤਾਂ ਇਹੀ ਹੈ ਜੀ, ਆਪਾਂ ਤਾਂ ਇਹੀ ਕਹਾਂਗੇ ਘਰ ਘਰ ਵਿੱਚ ਦਸਤਾਰ ਸਿਖਾਉਣ ਜਾਂਦੇ ਹਾਂ ਅਤੇ ਸਿੱਖੀ ਸਰੂਪ ਚਾਹੀਦਾ ਜੀ ਆਪਾਂ ਨੂੰ। ਸੁਨੇਹਾ ਕੀ ਰਹੇਗਾ ਨੌਜਵਾਨ ਪੀੜ੍ਹੀ ਨੂੰ ਜੋ ਕਿਤੇ ਨਾ ਕਿਤੇ ਪੱਗ ਤੋਂ ਗਰੇਜ਼ ਬੰਨਣ ਤੋਂ ਗਰੇਜ਼ ਕਰਦੀ ਹੈ, ਕੀ ਸੁਨੇਹਾ ਕੀ ਰਹੇਗਾ? ਅੱਜ ਕੱਲ੍ਹ ਤਾਂ ਕਈ ਬੱਚੇ ਇਹੀ ਕਹਿੰਦੇ ਆ ਸਾਨੂੰ ਪੱਗ ਨਹੀਂ ਬੰਨਣੀ ਆਉਂਦੀ ਅਤੇ ਅਸੀਂ ਵਾਲ ਕਟਾ ਦਿੰਦੇ ਹਾਂ, ਪਰ ਸਾਡਾ ਤਾਂ ਇਹੀ ਹੈ ਜੀ ਸਾਨੂੰ ਜਿੱਥੇ ਲੋੜ ਹੈ ਬੱਚਿਆਂ ਨੂੰ ਸਾਨੂੰ ਫੋਨ ਕਰੋ, ਬੁਲਾਓ ਕਿ ਅਸੀਂ ਤੁਹਾਡੇ ਚਰਨਾਂ 'ਚ ਹਾਜ਼ਰ ਹਾਂ, ਅਸੀਂ ਜਿੱਥੇ ਲੋੜ ਆ ਸਾਨੂੰ ਅਸੀਂ ਪੱਗ ਸਿਖਾਉਣ ਵਿੱਚ ਹਾਜ਼ਰ ਹਾਂ। ਜਿੱਥੇ ਮਤਲਬ ਕਹਿੰਦੇ ਅਸੀਂ ਕੰਪੀਟੀਸ਼ਨ ਕਰਾਉਣਾ, ਅਸੀਂ ਉੱਥੇ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਦੇ ਹਾਂ, ਸਪੈਸ਼ਲ ਜਾ ਕੇ ਟ੍ਰੇਨਿੰਗ ਦਿੰਦੇ ਹਾਂ, 15 ਦਿਨ ਦਈਏ, ਮਹੀਨਾ ਦਈਏ, ਬਾਅਦ 'ਚ ਅਸੀਂ ਮੁਕਾਬਲਾ ਵੀ ਕਰਾਉਂਦੇ ਹਾਂ। ਜੋ ਤੁਸੀਂ ਡਾਬਾ ਦੇ ਵਿੱਚ ਤੁਸੀਂ ਪੱਗੜੀ ਕੋਚਿੰਗ ਸੈਂਟਰ ਖੋਲਿਆ ਹੋਇਆ ਗਾ, ਉੱਥੇ ਬੱਚੇ ਨੇ ਜਿਹੜਾ ਤੁਹਾਡੇ ਕੋਲ ਪਹੁੰਚਣਾ ਹੋਵੇ ਕਿੱਦਾਂ ਉਹ ਤੁਹਾਡੇ ਕੋਲ ਰੀਚ ਕਰ ਸਕਦਾ? ਮੇਰਾ ਮਤਲਬ ਡਾਬੇ ਪਹੁੰਚਣ ਦਾ ਜੀ ਇਹ ਐਡਰੈਸ ਹੈ ਜੀ, ਹਰਕ੍ਰਿਸ਼ਨ ਸਕੂਲ ਡਾਬਾ ਰੋਡ, 2 ਨੰਬਰ 3 ਨੰਬਰ ਗਲੀ ਵਿੱਚ ਮੇਰਾ ਘਰ ਹੈ ਜੀ, ਘਰ ਵਿੱਚ ਹੀ ਮੇਰੀ ਅਕੈਡਮੀ ਹੈ ਜੀ, ਉਸ ਦੇ ਨੇੜੇ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਹੈ ਜੀ, ਉੱਥੇ ਵੀ ਮੈਂ ਫ੍ਰੀ ਸਿਖਲਾਈ, ਸ਼ੁਰੂ ਤੋਂ ਫ੍ਰੀ ਸਿਖਲਾਈ ਦਿੰਦਾ ਜੀ, ਕੋਈ ਪੈਸਾ ਨਹੀਂ ਲੈਂਦਾ ਜੀ। ਚਲ ਆਪਾਂ ਨੂੰ ਇਹ ਹੈ ਮਹਾਰਾਜ ਨੇ ਸਿੱਖੀ ਦਿੱਤੀ ਹੈ ਜੀ, ਫ੍ਰੀ ਦਿੱਤੀ ਹੈ, ਪੈਸਿਆਂ ਨਾਲ ਇਹ ਸਿੱਖੀ ਆਪਾਂ ਨਹੀਂ ਕਹਿੰਦੇ ਜੀ। ਠੀਕ ਹੈ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਭਾਈ ਮਰਦਾਨਾ ਜੀ ਚੈਰੀਟੇਬਲ ਟਰੱਸਟ ਸਮਰਾਲਾ ਵੱਲੋਂ ਇੱਕ ਆਡੀਸ਼ਨ ਕਰਵਾਇਆ ਗਿਆ, ਇਹਨਾਂ ਨੇ ਬਹੁਤ ਵੱਡੇ ਇਨਾਮ ਦੇਣੇ ਨੇ। ਇਹ ਕਰਵਾਉਣ ਦਾ ਮੁੱਖ ਮੰਤਵ ਆ ਜਿਹੜਾ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਨਵੀਂ ਪਨੀਰੀ ਜਿਹੜੀ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਆ, ਵੈਸਟਰਨ ਕਲਚਰ ਨੂੰ ਅਪਣਾ ਰਹੀ ਆ, ਉਹਨੂੰ ਸਿੱਖੀ ਨਾਲ ਜੋੜੀਏ ਅਤੇ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਕਰੀਏ, ਇਹ ਮੇਨ ਅੱਜ ਦਾ ਮੋਟਿਵ ਆ ਇਹਨਾਂ ਦਾ। ਦਸਤਾਰ ਦੇ ਮੁਕਾਬਲੇ ਕਰਵਾਉਣੇ, ਦਮਾਲਿਆਂ ਦੇ ਮੁਕਾਬਲੇ ਕਰਵਾਉਣੇ ਅਤੇ ਲੰਮੇ ਕੇਸਾਂ ਦੇ ਮੁਕਾਬਲੇ ਕਰਵਾਉਣੇ। ਇਨਾਮਾਂ ਦੇ ਵਿੱਚ ਬੱਚਿਆਂ ਨੂੰ ਕਿਹੜੀਆਂ ਕਿਹੜੀਆਂ ਇਨਾਮ ਰਾਸ਼ੀਆਂ ਦਿੱਤੀਆਂ ਜਾ ਰਹੀਆਂ? ਇਨਾਮਾਂ ਦੇ ਵਿੱਚ ਇਹਨਾਂ ਨੇ ਇੱਕ ਬਾਹਰ ਦੇ ਦੁਬਈ ਦੇ ਟੂਰ ਕੱਢੇ ਹੋਏ ਨੇ ਅਤੇ 10,000 ਰੁਪਏ ਤੱਕ ਦੀ ਰਾਸ਼ੀ ਸੈਕਿੰਡ ਇਨਾਮ ਨੂੰ, ਅਤੇ LCDਆਂ ਵਗੈਰਾ ਉਹ ਇਹਨਾਂ ਨੇ ਜਦੋਂ ਫਾਈਨਲ ਹੋਊਗਾ ਪੂਰੇ ਪੰਜਾਬ ਦਾ ਉਦੋਂ ਕੱਢਣਗੇ। ਇਹ ਮੇਰੇ ਖਿਆਲ ਨਾਲ 10ਵਾਂ 15ਵਾਂ ਐਡੀਸ਼ਨ ਚੱਲ ਰਿਹਾ ਜੀ। ਮੈਸੇਜ ਬੱਚਿਆਂ ਨੂੰ ਕੀ ਰਹੇਗਾ? ਮੈਸੇਜ ਬੱਚਿਆਂ ਨੂੰ ਇਹੀ ਮੈਸੇਜ ਰਹੂਗਾ, ਇੱਕ ਤਾਂ ਬੱਚੇ ਇਹ ਕੈਂਪਾਂ ਨੂੰ ਦੇਖ ਕੇ ਸਿੱਖੀ ਨਾਲ ਜੁੜਨਗੇ, ਨੰਬਰ 2 ਬੱਚਿਆਂ ਦੇ ਜਿਹੜੇ ਮਾਪੇ ਨੇ ਉਹਨਾਂ ਨੂੰ ਇੱਕ ਚਿੰਤਾ ਨਹੀਂ ਹੋਊਗੀ, ਕਿਉਂਕਿ ਅੱਜ ਕੱਲ੍ਹ ਨਸ਼ਿਆਂ ਦਾ ਰੁਝਾਨ ਬਹੁਤ ਜ਼ਿਆਦਾ ਵਧਿਆ ਹੋਇਆ ਪੰਜਾਬ ਵਿੱਚ। ਬੱਚਿਆਂ ਦੇ ਮਾਪੇ ਇੱਕ ਖੁੱਲ੍ਹੇ ਦਿਲ ਨਾਲ ਬੱਚਿਆਂ ਨੂੰ ਭੇਜਣਗੇ ਵੀ ਕੈਂਪਾਂ ਵਿੱਚ ਜਾਓ, ਚੰਗੀ ਚੀਜ਼ ਮਿਲਦੀ ਆ, ਚਾਹੇ ਇਨਾਮ ਨਹੀਂ ਮਿਲਦਾ ਪਰ ਬੱਚੇ ਦੇ ਮਾਨਸਿਕ ਤੌਰ 'ਤੇ ਬੱਚਾ ਇੱਕ ਸਿੱਖੀ ਨਾਲ ਜੁੜਦਾ ਅਤੇ ਸੇਵਾ ਕਰਨ ਦੀ ਭਾਵਨਾ ਉਹਨਾਂ ਦੇ ਵਿੱਚ ਪੈਦਾ ਹੁੰਦੀ ਹੈ। ਕਿੰਨੇ ਬੱਚਿਆਂ ਨੇ ਇਸ ਕੰਪੀਟੀਸ਼ਨ ਦੇ ਵਿੱਚ ਪਾਰਟੀਸਪੇਟ? ਅੱਜ ਤਕਰੀਬਨ 300 ਤੋਂ 400 ਦੇ ਕਰੀਬ ਬੱਚਿਆਂ ਨੇ ਇੱਥੇ ਭਾਗ ਲਿਆ। ਐਵੇਂ ਦੇ ਐਡੀਸ਼ਨ ਇਹ ਹਰ ਜ਼ਿਲ੍ਹੇ 'ਚ ਕਰਵਾਉਂਦੇ ਨੇ, ਇਹ ਲੁਧਿਆਣੇ ਜ਼ਿਲ੍ਹੇ ਦਾ ਦੂਜਾ ਐਡੀਸ਼ਨ ਆ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਮੌਜੂਦ ਨੇ ਚਰਨ ਸਿੰਘ SGPC ਮੈਂਬਰ ਆਲਮਗੀਰ ਤੋਂ, ਜੋ ਗੱਲਬਾਤ ਕਰਾਂਗੇ ਉਹਨਾਂ ਨਾਲ ਜੋ ਇੱਥੇ ਪ੍ਰੋਗਰਾਮ ਲੀਕਿਆ ਗਿਆ, ਪੱਗੜੀ ਮੁਕਾਬਲਾ ਹੋ ਰਿਹਾ, ਇਸ ਦਾ ਕਰਾਉਣ ਦਾ ਮਹੱਤਵ ਕੀ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਈ ਮਰਦਾਨਾ ਚੈਰੀਟੇਬਲ ਸਭਾ ਜਿਹੜੀ ਨੌਜਵਾਨਾਂ ਨੇ ਬਣਾਈ ਆ, ਇਹਨਾਂ ਨੌਜਵਾਨਾਂ ਨੇ ਬਹੁਤ ਵਧੀਆ ਕੰਸੈਪਟ ਲਿਆਂਦਾ ਕਿ ਜਿਹੜੀ ਸਾਡੀ
ਕੌਮ ਦੀ ਨਵੀਂ ਜਨਰੇਸ਼ਨ ਆ, ਨਵੀਂ ਪੀੜ੍ਹੀ ਆ, ਆਪਣੇ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾਵੇ। ਇਸ ਲੜੀ ਦੇ ਤਹਿਤ ਇਹਨਾਂ ਨੌਜਵਾਨਾਂ ਨੇ ਦਸਤਾਰ ਮੁਕਾਬਲਿਆਂ ਦੀ ਬਹੁਤ ਵਧੀਆ ਇਹ ਲੜੀ ਸ਼ੁਰੂ ਕੀਤੀ ਹੈ ਅਤੇ ਅੱਜ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ, ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਹੈ, ਇਸ ਧਰਤੀ 'ਤੇ ਇਹ ਮੁਕਾਬਲੇ ਰੱਖੇ ਗਏ, ਜਿਸ ਦੇ ਵਿੱਚ ਲੰਮੇ ਕੇਸ ਮੁਕਾਬਲੇ ਅਤੇ ਜਿਹੜੇ ਬੱਚੇ ਦਸਤਾਰਾਂ ਸਜਾਉਂਦੇ ਨੇ, ਬਹੁਤ ਹੀ ਮਾਤਾ ਪਿਤਾ ਦੀ ਉਹਨਾਂ ਨੂੰ ਸਿੱਖਿਆ ਦਿੱਤੀ ਹੋਈ ਆ, ਕਿਉਂਕਿ ਬੱਚੇ ਦਸਤਾਰਾਂ ਸਜਾਉਂਦੇ ਨੇ, ਇਹਨਾਂ ਬੱਚਿਆਂ ਦੀ ਹੌਸਲਾ ਅਫਜਾਈ ਕਰਨ ਵਾਸਤੇ, ਇਹਨਾਂ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਵਾਸਤੇ, ਹੌਸਲਾ ਦੇਣ ਵਾਸਤੇ, ਥਾਪੜਾ ਦੇਣ ਵਾਸਤੇ, ਸੋ ਅੱਜ ਇੱਥੇ ਇਹ ਮੁਕਾਬਲੇ ਕਰਵਾਏ ਜਾ ਰਹੇ ਨੇ ਅਤੇ ਇਹ ਮੁਕਾਬਲੇ 5 ਗਰੁੱਪਾਂ ਦੇ ਵਿੱਚ ਹੋਣਗੇ ਅਤੇ ਜਿਹੜੇ ਬੱਚੇ ਇਹਨਾਂ ਮੁਕਾਬਲਿਆਂ ਦੇ ਵਿੱਚ ਸਿਲੈਕਟ ਹੋਣਗੇ ਉਹਨਾਂ ਨੂੰ ਫਿਰ ਅੱਗੇ ਸਿਲੈਕਟ ਕਰਕੇ ਫਾਈਨਲ ਹੋਊਗਾ ਅਤੇ ਫਿਰ ਜਿਹੜੇ ਫਾਈਨਲ ਦੇ ਵਿੱਚ ਬੱਚੇ ਪਾਸ ਹੋਣਗੇ ਉਹਨਾਂ ਨੂੰ ਇਹਨਾਂ ਨੇ ਜਿਵੇਂ ਦੁਬਈ ਦੀ ਸੈਰ ਦਾ ਪ੍ਰੋਗਰਾਮ ਬਣਾਇਆ ਅਤੇ ਇਹਦੇ ਨਾਲ ਹੋਰ ਬਹੁਤ ਵੱਡੇ ਵੱਡੇ ਨਾਮ ਰੱਖੇ ਨੇ। ਇਹ ਆ ਅੱਜ ਦੇ ਇਸ ਦਸਤਾਰ ਮੁਕਾਬਲੇ ਦਾ ਇਹ ਪ੍ਰੋਗਰਾਮ ਅਤੇ ਮੰਤਵ, ਅਤੇ ਮੈਂ ਬੇਨਤੀ ਕਰਦਾ ਕਿ ਆਪਾਂ ਜਿੰਨੇ ਵੀ ਪੰਜਾਬ ਦੀ ਧਰਤੀ ਦੇ ਉੱਤੇ, ਗੁਰੂਆਂ ਦੀ ਧਰਤੀ ਦੇ ਉੱਤੇ ਆਪਾਂ ਗੁਰੂਆਂ ਦੇ ਵਾਰਸ, ਇੱਥੇ ਆਪਣੇ ਗੁਰੂ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਇਸ ਇਤਿਹਾਸ ਨੂੰ ਸੰਭਾਲਣ ਦੇ ਵਿੱਚ ਯੋਗਦਾਨ ਪਾ ਰਹੇ ਹਾਂ ਅਤੇ ਇਹ ਸਾਰਾ ਬਹੁਤ ਵਧੀਆ ਸਾਰਾ ਆਪਣਾ ਰਲ ਕੇ ਉਪਰਾਲਾ। ਸਾਰੇ ਮਾਪਿਆਂ ਨੂੰ ਬੇਨਤੀ ਆ ਕਿ ਜਿਹੜੇ ਮਾਪੇ ਵੀ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਇਤਿਹਾਸ ਦਿੱਤਾ ਇਹਨੂੰ ਸੰਭਾਲਣ ਦਾ ਯਤਨ ਕਰਨਗੇ, ਬੱਚਿਆਂ ਦੇ ਸਿੱਖੀ ਸਰੂਪ ਨੂੰ ਸੰਭਾਲਣ ਦਾ ਯਤਨ ਕਰਨਗੇ, ਅਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਮਾਪਿਆਂ ਨੂੰ ਵੀ ਸਨਮਾਨਿਤ ਕਰਾਂਗੇ, ਚਾਹੇ ਉਹਨਾਂ ਮਾਪਿਆਂ ਨੂੰ ਅਸੀਂ ਸਮਾਗਮਾਂ ਵਿੱਚ ਸੱਦ ਕੇ ਸਨਮਾਨਿਤ ਕਰਦੇ ਰਹੀਏ, ਚਾਹੇ ਅਸੀਂ ਉਹਨਾਂ ਦੇ ਪਿੰਡਾਂ ਵਿੱਚ ਜਾ ਕੇ, ਉਹਨਾਂ ਦੇ ਘਰਾਂ ਤੱਕ ਜਾ ਕੇ ਵੀ ਉਹਨਾਂ ਨੂੰ ਅਸੀਂ ਸਨਮਾਨਿਤ ਕਰਦੇ ਰਹੀਏ। ਪਰ ਬੇਨਤੀ ਆ ਕਿ ਆਪਾਂ ਸਾਰਿਆਂ ਨੇ ਰਲ ਕੇ ਇਸ ਵਿਰਾਸਤ ਨੂੰ ਸੰਭਾਲਣਾ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਆ, ਕਿਉਂਕਿ ਜਿਹੜੀ ਦਸਤਾਰ ਆ ਇਹ ਦਸਤਾਰ ਸਾਡੀ ਰਹਿਤ ਦਾ ਅੰਗ ਵੀ ਹੈ, ਇੱਕ ਇਹ ਸਾਡੀ ਸਰਦਾਰੀ ਦੀ ਨਿਸ਼ਾਨੀ ਵੀ ਹੈ। ਗੁਰੂ ਸਾਹਿਬ ਨੇ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ, ਛੋਟੇ ਸਾਹਿਬਜ਼ਾਦਿਆਂ ਨੇ ਨੀਹਾਂ ਦੇ ਵਿੱਚ ਚਿਣੇ ਗਏ, ਐਡੀ ਵੱਡੀ ਕੁਰਬਾਨੀ ਦਿੱਤੀ, ਵੱਡੇ ਸਾਹਿਬਜ਼ਾਦੇ ਚਮਕੌਰ ਦੇ ਜੰਗ ਵਿੱਚ ਸ਼ਹੀਦ ਹੋਏ, ਇਹ ਇਸੇ ਦਸਤਾਰ 'ਤੇ ਅਤੇ ਇਸੇ ਵਿਰਸੇ 'ਤੇ ਪਹਿਰਾ ਦੇਣ ਵਾਸਤੇ ਇਹ ਮਹਾਨ ਕੁਰਬਾਨੀਆਂ ਹੋਈਆਂ। ਸੋ ਮੈਂ ਸੰਗਤਾਂ ਨੂੰ ਅਪੀਲ ਕਰਦਾ, ਸੰਗਤਾਂ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਉਹਨਾਂ ਦੇ ਵਿੱਚ ਸਹਿਯੋਗ ਦੇਣ ਅਤੇ ਅਸੀਂ ਇਹਨਾਂ ਸਾਰਿਆਂ ਨੂੰ ਸਮੇਂ-ਸਮੇਂ ਦੇ ਉੱਤੇ ਪੂਰਾ ਸਹਿਯੋਗ ਦਿੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।